ਸਾਡੇ ਕੋਲ ਸਿਆਸੀ ਤੌਰ ਦੇ ਉੱਤੇ ਸਾਨੂੰ ਬਹੁਤ ਗਿਣਤੀ ਨੇ ਕੋਈ ਜਗ੍ਹਾ ਨਹੀਂ ਦਿੱਤੀ। ਪਾਰਲੀਮੈਂਟ ਦੇ ਵਿੱਚ 543 ਮੈਂਬਰ ਹੈ। ਰੋਜ਼ ਮੈਂ ਜਾਂਦਾ, ਰੋਜ਼ ਮੈਂ ਅਰਜ਼ੀ ਦਿੰਦਾ ਕਿ ਮੈਨੂੰ ਬੋਲਣ ਦੀ ਗੱਲ ਕਰਨ ਦਿਓ। ਸਾਡੇ ਬੰਦੀ ਸਿੱਖ ਹੈ ਜੇਲ੍ਹਾਂ ਦੇ ਵਿੱਚ, ਸਾਡੇ ਹੋਰ ਮਸਲੇ ਹੈ, ਪਰ ਮਜਾਲ ਹੈ ਜੇ ਮੈਨੂੰ ਬੋਲਣ ਦੇਣਗੇ। ਇਹਦਾ ਮਤਲਬ ਕਿ ਪਾਰਲੀਮੈਂਟ ਤਾਂ ਸਿਰਫ ਹਿੰਦੁੱਤਵਵਾਦੀ ਬਣ ਗਈ ਹੈ, ਸਿੱਖਾਂ ਨੂੰ ਤਾਂ ਇਜਾਜ਼ਤ ਨਹੀਂ। ਹਕੂਮਤ
ਕੋਈ ਚੇਤਾਵਨੀਆਂ ਨੂੰ ਤੁਸੀਂ ਨੌਜਵਾਨਾਂ ਨੂੰ ਇੱਦਾਂ ਨਾ ਸਮਝਿਆ ਕਰੋ ਵੀ ਜਦੋਂ ਮਰਜ਼ੀ ਚੁੱਕ ਕੇ ਅੰਦਰ ਸੁੱਟ ਦੇ, ਜਦੋਂ ਮਰਜ਼ੀ ਦਿਲ ਕੀਤਾ ਕੱਢ ਕੇ ਬਾਹਰ ਖੜੇ ਕਰ ਦਿੱਤੇ, ਇਹ ਕੋਈ ਖਿਡੌਣੇ ਨਹੀਂ ਹੈਗੇ ਅਤੇ ਮਾਵਾਂ ਨੇ ਪੁੱਤ ਜੰਮੀ। ਕਿਸੇ ਵੀ ਨੌਜਵਾਨ ਦੇ ਨਿਰਦੋਸ਼ ਬੱਚਾ ਕਰੋਗੇ ਅਤੇ ਨੌਜਵਾਨ ਦੇ ਫਿਰ ਇੱਕੋ ਰਾਹ ਬਚਦਾ ਵੀ ਉਹ ਮੁੱਖ ਧਾਰਾ 'ਚੋਂ ਪਰੇ ਹੋ ਕੇ ਰੂਮੋਸ਼ ਹੋ ਕੇ ਅਤੇ ਇੱਕ ਰਾਹ ਦੇ ਤੁਰ ਪੈਣ, ਜਿਹੜਾ ਬਾਅਦ ਤੁਸੀਂ ਫਿਰ ਅੱਤਵਾਦੀ ਕਹਿ ਕੇ ਮਾਰੋਗੇ, ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰੋਗੇ।